यूके विच दस्तार नूं पहचान दवाउण लई तरसेम सिंह संधू वल्लों अज तो करीब 5 दहाके पहलां कीते उस संघर्ष की एक लंबी चौड़ी कहानी है जिस तों बेशक साडी अज दी पीढ़ी अणजाण होवे पर उस संघर्ष ने 60 दे दहाके विच यूके सरकार नूं ਉਹ ਕਾਨੂੰਨ ਬਦਲਣ ਲਈ ਮਜਬੂਰ ਕੀਤਾ ਸੀ ਜੋ ਕੰਮਕਾਜੀ ਥਾਵਾਂ ਤੇ ਇੱਕ ਸਿੱਖ ਨੂੰ ਆਪਣੇ ਸਿੱਖੀ ਸਰੂਪ ਵਿੱਚ ਰਹਿਣ ਤੋਂ ਵਰਜਦਾ ਸੀ। 50 ਸਾਲ ਪਹਿਲਾਂ ਇੰਗਲੈਂਡ ਦੇ ਵੋਲਵਰ ਹੈਮਟਨ ਦੀਆਂ ਬੱਸਾਂ ਵਿੱਚ ਕੰਮ ਕਰਨ ਵਾਲੇ ਸਿੱਖਾਂ ਨੇ ਦਸਤਾਰ ਸਜਾਉਣ ਦਾ ਅਧਿਕਾਰ ਹਾਸਲ ਨਹੀਂ ਸੀ। ਇਹ ਉਹ ਵੇਲਾ ਸੀ ਜਦੋਂ ਨਸਲਵਾਦ ਪੂਰੇ ਜ਼ੋਰ 'ਤੇ ਸੀ ਅਤੇ ਸ਼ਹਿਰ ਦੇ MP ਇਨੋਜ ਪੋਵੈਲ ਦੇ ਬਿਆਨ ਅੱਗ ਵਿੱਚ ਘਿਓ ਦਾ ਕੰਮ ਕਰ ਰਹੇ ਸਨ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਵੱਡੇ ਪੱਧਰ ਤੇ ਪ੍ਰਵਾਸ ਦੀ ਇਜਾਜ਼ਤ ਦੇ ਕੇ ਦੇਸ਼ ਖੁਦ ਆਪਣੀ ਚਿਤਾ ਸਾੜ ਰਿਹਾ ਹੈ। ਤਰਸੇਮ ਸਿੰਘ ਸੰਧੂ ਅੱਜ ਵੀ ਆਪਣੇ ਉਸ ਸੰਘਰਸ਼ ਨੂੰ ਯਾਦ ਕਰਦੇ ਨੇ ਜਦੋਂ 23 ਸਾਲ ਦੀ ਉਮਰ ਵਿੱਚ ਉਹਨਾਂ ਨੇ ਵੋਲਵਰ ਹੈਮਟਨ ਟਰਾਂਸਪੋਰਟ ਕੰਪਨੀ ਦੇ ਨਾਲ ਬੱਸ ਡਰਾਈਵਰ ਵਜੋਂ ਕੰਮ ਸ਼ੁਰੂ ਕੀਤਾ। ਉਸ ਵੇਲੇ ਇਸ ਕੰਪਨੀ ਨੇ 823 ਡਰਾਈਵਰ ਭਰਤੀ ਕੀਤੇ ਸਨ ਜਿਨ੍ਹਾਂ ਵਿੱਚ 411 ਭਾਰਤੀ ਸਨ। ਉਸ ਵੇਲੇ ਸਭ ਦੇ ਨਿਯਮਾਂ ਅਨੁਸਾਰ ਕੰਮ ਉੱਤੇ ਬਿਲਕੁਲ ਦਾੜੀ ਮੁੰਨ ਕੇ ਅਤੇ ਟੋਪੀ ਪਾ ਕੇ ਆਉਣ ਵਾਲੇ ਦਸਤਾਵੇਜ਼ ਉੱਤੇ ਦਸਤਖਤ ਕੀਤੇ ਜਿਨ੍ਹਾਂ ਵਿੱਚੋਂ ਕਿਸੇ ਨੇ ਵੀ ਪੱਗ ਨਹੀਂ ਬੰਨ੍ਹੀ ਹੋਈ ਸੀ। ਉੱਥੇ ਪਹੁੰਚਣ ਤੋਂ ਜਲਦ ਬਾਅਦ ਹੀ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਹਨਾਂ ਦੀ ਇੱਛਾ ਦੇ ਵਿਰੁੱਧ ਵਾਲ ਕਟਵਾ ਦਿੱਤੇ ਅਤੇ ਕਿਹਾ ਕਿ ਦਸਤਾਰਧਾਰੀ ਹੋਣ ਕਾਰਨ ਉਹਨਾਂ ਨੂੰ ਕਦੇ ਨੌਕਰੀ ਨਹੀਂ ਮਿਲੇਗੀ। ਸਾਲ 1967 ਵਿੱਚ ਥੋੜ੍ਹੀ ਬਿਮਾਰੀ ਤੋਂ ਬਾਅਦ ਤਰਸੇਮ ਸਿੰਘ ਸੰਧੂ ਕੰਮ 'ਤੇ ਪਰਤੇ ਪਰ ਦਸਤਾਰ ਬੰਨ੍ਹ ਕੇ ਅਤੇ ਦਾੜੀ ਵਧਾ ਕੇ। ਤਰਸੇਮ ਸਿੰਘ ਦਾ ਕਹਿਣਾ ਹੈ ਕਿ ਉਹ ਸਿਰਫ ਬੱਸ ਡਰਾਈਵਰ ਦੀ ਨੌਕਰੀ ਲਈ ਆਪਣੇ ਧਰਮ ਵਿਰੁੱਧ ਨਹੀਂ ਜਾ ਸਕਦੇ। ਗੱਡੀ ਉੱਤੇ ਇੱਕ ਚੱਕਰ ਲਗਾਉਣ ਤੋਂ ਬਾਅਦ ਹੀ ਉਹਨਾਂ ਨੂੰ ਘਰ ਜਾ ਕੇ ਸ਼ੇਵ ਕਰਕੇ ਆਉਣ ਲਈ ਕਿਹਾ ਗਿਆ ਪਰ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ। ਤਰਸੇਮ ਸਿੰਘ ਦਾ ਕਹਿਣਾ ਪਹਿਲਾਂ ਹਰ ਕੋਈ ਵਾਲ ਕੱਟਦਾ ਸੀ, ਜੇ ਕੋਈ ਤੁਹਾਨੂੰ ਕਹੇ ਕਿ ਆਪਣੀ ਲੱਤ ਬਿਨਾਂ ਕੰਮ ਉੱਤੇ ਆਓ ਤਾਂ ਕੀ ਤੁਸੀਂ ਅਜਿਹਾ ਕਰੋਗੇ? ਪੱਗ ਸਾਡੇ ਅੰਗਾਂ ਦਾ ਹਿੱਸਾ ਹੈ, ਅਸੀਂ ਆਪਣਾ ਕੋਈ ਅੰਗ ਛੱਡ ਕੇ ਨਹੀਂ ਤੁਰ ਸਕਦੇ। ਉਹਨਾਂ ਕਿਹਾ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਇਹ ਵਿਵਾਦ ਇੰਨਾ ਵੱਡਾ ਹੋ ਜਾਵੇਗਾ ਕਿਉਂਕਿ ਮੈਂ ਕੁਝ ਵੀ ਗਲਤ ਨਹੀਂ ਕਰ ਰਿਹਾ ਸੀ। ਹਾਲਾਂਕਿ ਇਹ ਇੰਨਾ ਸੌਖਾ ਨਹੀਂ ਸੀ। 1967 ਵਿੱਚ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਉਹਨਾਂ ਨੇ ਯੂਨੀਅਨ, ਸਿੱਖ ਜਥੇਬੰਦੀਆਂ ਅਤੇ ਗੁਰਦੁਆਰਿਆਂ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਭ ਪਾਸਿਓਂ ਨਿਰਾਸ਼ਾ ਹੀ ਮਿਲੀ। ਉਹਨਾਂ ਮੁਤਾਬਕ ਕੁਝ ਸਿੱਖਾਂ ਨੇ ਮੇਰੀ ਹਮਾਇਤ ਕੀਤੀ ਅਤੇ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਉਹ ਕੁਝ ਗਲਤ ਕਰ ਰਹੇ ਹਨ ਅਤੇ ਉਹਨਾਂ ਨੇ ਸਾਹਮਣੇ ਮੰਨਿਆ ਕਿ ਅਸੀਂ ਵਾਲ ਕਟਵਾ ਕੇ ਗਲਤੀ ਕਰ ਲਈ ਪਰ ਕੋਈ ਤਾਂ ਨੌਜਵਾਨ ਹੈ ਜੋ ਇਸ ਲਈ ਖੜਾ ਹੋਇਆ, ਸਾਨੂੰ ਉਸ ਨੂੰ ਸਮਰਥਨ ਦੇਣਾ ਚਾਹੀਦਾ। ਉਹਨਾਂ ਵੱਲੋਂ ਪਾਈਏ ਪੈੜ ਕਾਫਲਾ ਬਣਨ ਲੱਗੀ ਸੀ ਅਤੇ ਫਿਰ ਉਹਨਾਂ ਖੁਦ ਨੂੰ ਪੰਥਕ ਪਾਰਟੀ ਕਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਰੁਖ ਕੀਤਾ ਅਤੇ UK ਵਿੱਚ ਇਸ ਦੇ ਪ੍ਰਧਾਨ ਸੋਹਣ ਸਿੰਘ ਜੌਲੀ ਨਾਲ ਸੰਪਰਕ ਸਾਧਿਆ। ਤਰਸੇਮ ਸਿੰਘ ਦੇ ਦੱਸਣ ਮੁਤਾਬਕ ਉਹ ਬਹੁਤ ਮਜ਼ਬੂਤ ਸ਼ਖਸੀਅਤ ਦੇ ਮਾਲਕ ਸਨ। ਉਹਨਾਂ ਨੇ ਸਾਰੀ ਉਮਰ ਸਿੱਖੀ ਰਹਿਤ ਮਰਿਆਦਾ ਦਾ ਪਾਲਣ ਕੀਤਾ। ਉਹ ਕੀਨੀਆ ਵਿੱਚ ਬਰਤਾਨਵੀ ਰਾਜ ਵਿੱਚ ਪੁਲਿਸ ਇੰਸਪੈਕਟਰ ਵੀ ਰਹੇ। ਵੋਲਵਰ ਹੈਮਟਨ ਵਿਵਾਦ ਕਾਰਨ 6,000 ਸਿੱਖਾਂ ਨੇ ਦੇਸ਼ ਭਰ ਵਿੱਚ ਮਾਰਚ ਕੀਤਾ ਅਤੇ ਬਦਲਾਅ ਦੀ ਮੰਗ ਕੀਤੀ। ਇਹ ਸੁਨੇਹਾ ਵਿਦੇਸ਼ਾਂ ਵਿੱਚ ਵੀ ਪਹੁੰਚ ਰਿਹਾ ਸੀ। ਤਰਸੇਮ ਸਿੰਘ ਅਤੇ ਸੋਹਣ ਸਿੰਘ ਜੌਲੀ ਦੇ ਸਮਰਥਨ ਵਿੱਚ ਦਿੱਲੀ ਵਿੱਚ 50,000 ਸਿੱਖਾਂ ਨੇ ਮਾਰਚ ਕੀਤਾ। ਜਦੋਂ ਕੁਝ ਵੀ ਨਹੀਂ ਹੋਇਆ ਤਾਂ ਜੌਲੀ ਨੇ ਧਮਕੀ ਦਿੱਤੀ ਕਿ ਉਹ ਖੁਦ ਨੂੰ ਅੱਗ ਲਗਾ ਲੈਣਗੇ ਕਿਉਂਕਿ ਉਸ ਵੇਲੇ ਦੇਸ਼ ਵਿੱਚ ਰਹਿਣ ਦਾ ਕੋਈ ਮਤਲਬ ਨਹੀਂ ਜਿੱਥੇ ਇੰਨਾ ਭੇਦਭਾਵ ਕੀਤਾ ਜਾਂਦਾ ਹੋਵੇ। ਉਹਨਾਂ ਨੇ ਮੰਗ ਮੰਗਵਾਉਣ ਲਈ 30 ਅਪ੍ਰੈਲ 1969 ਦਾ ਸਮਾਂ ਦਿੱਤਾ ਪਰ MP ਇਨੋਜ ਪੋਵੈਲ ਦੇ ਸਮਰਥਨ ਵਿੱਚ ਵੀ ਲੋਕ ਸਨ। ਉਹਨਾਂ ਇੱਕ ਪੱਗ ਵਿਵਾਦ ਸੰਬੰਧੀ ਭਾਸ਼ਣ ਦੌਰਾਨ ਕਿਹਾ ਕਿ ਇੱਕ ਬੱਦਲ ਮਨੁੱਖ ਦੇ ਹੱਥ ਨਾਲੋਂ ਵੱਡਾ ਨਹੀਂ ਜੋ ਇੰਨੀ ਤੇਜ਼ੀ ਨਾਲ ਆਸਮਾਨ ਨੂੰ ਤਬਾਹ ਕਰ ਸਕਦਾ ਹੈ। ਹਾਲਾਂਕਿ ਇਸ ਭਾਸ਼ਣ ਤੋਂ ਬਾਅਦ ਉਹਨਾਂ ਨੂੰ ਅਹੁਦੇ ਤੋਂ ਲਾ ਦਿੱਤਾ ਗਿਆ ਪਰ ਉਹਨਾਂ ਦੇ ਸ਼ਬਦ ਦਾ ਅਸਰ ਹੋ ਚੁੱਕਿਆ ਸੀ। ਲੋਕ ਉਹਨਾਂ ਦੇ ਸਮਰਥਨ ਵਿੱਚ ਮਾਰਚ ਕਰ ਰਹੇ ਸਨ। ਵੋਲਵਰ ਹੈਮਟਨ ਟਰਾਂਸਪੋਰਟ ਕੰਪਨੀ ਦੇ ਚੇਅਰਮੈਨ ਰਾਉਣ ਗੱਫ ਨੇ 1968 ਵਿੱਚ ਦੱਸਿਆ ਕਿ ਦਸਤਾਰ ਕਦੇ ਵੀ ਵੋਲਵਰ ਹੈਮਟਨ ਬੱਸਾਂ ਵਿੱਚ ਨਹੀਂ ਵੇਖੀ ਜਾਵੇਗੀ ਪਰ ਸੋਹਣ ਸਿੰਘ ਜੌਲੀ ਦੇ ਦਬਾਅ ਕਾਰਨ 9 ਅਪ੍ਰੈਲ 1969 ਨੂੰ ਦਸਤਾਰ ਉੱਤੇ ਪਾਬੰਦੀ ਹਟੀ। ਤਰਸੇਮ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਹਿੰਮਤ ਕਾਰਨ ਕਾਨੂੰਨ ਵਿੱਚ ਬਦਲਾਅ ਹੋਇਆ ਅਤੇ ਕੰਮ ਉੱਤੇ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਣਾ ਆਮ ਹੋ ਗਿਆ। ਵੋਲਵਰ ਹੈਮਟਨ ਯੂਨੀਵਰਸਿਟੀ ਵਿੱਚ ਸਿੱਖ ਅਤੇ ਪੰਜਾਬੀ ਅਧਿਐਨ ਕੇਂਦਰ ਦੇ ਡਾਇਰੈਕਟਰ ਉਪਿੰਦਰਜੀਤ ਤੱਖੜ ਮੁਤਾਬਕ ਤਰਸੇਮ ਸਿੰਘ ਨੇ UK ਵਿੱਚ ਸਿੱਖਾਂ ਲਈ ਜੋ ਕੰਮ ਕੀਤਾ ਉਹ ਕਾਫ਼ੀ ਅਹਿਮ ਹੈ। 50 ਸਾਲ ਬਾਅਦ ਇੱਕ ਦਸਤਾਰਧਾਰੀ ਨੌਜਵਾਨ ਵਿਕਰਾਂਤ ਜਾਟ ਸਿੰਘ ਦਾ ਕਹਿਣਾ ਹੈ ਕਿ ਹੁਣ ਨੌਜਵਾਨ ਪਹਿਲਾਂ ਨਾਲੋਂ ਵੱਧ ਪੱਗ ਬੰਨ ਰਹੇ ਨੇ। ਪਿਛਲੇ ਸਾਲ ਜੂਨ ਵਿੱਚ ਚਰਨਪ੍ਰੀਤ ਸਿੰਘ ਲਾਲ ਪੱਗ ਬੰਨ ਕੇ ਪਰੇਡ ਕਰਨ ਵਾਲੇ ਪਹਿਲੇ ਸਿੱਖ ਗਾਰਡ ਬਣੇ। ਤਰਸੇਮ ਸਿੰਘ ਮੁਤਾਬਕ ਹੁਣ ਸਿੱਖ ਹਰ ਪਾਸੇ ਬਿਨਾਂ ਕਿਸੇ ਡਰ ਤੋਂ ਪੱਗ ਬੰਨ ਕੇ ਦੇਖੇ ਜਾ ਸਕਦੇ ਨੇ ਅਤੇ ਨੌਕਰੀਆਂ ਕਰਦੇ ਨੇ ਪਰ ਇਸ ਪਿੱਛੇ ਸੰਘਰਸ਼ ਦਾ ਇੱਕ ਲੰਬਾ ਚੌੜਾ ਇਤਿਹਾਸ ਖੜਾ ਹੈ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।